ਲਓ ਜੀ, ਹੁਣ ਲੁਧਿਆਣਾ ਵਾਸੀ ਹੋ ਜਾਣ ਸੁਚੇਤ, ਕਿਉਂਕਿ ਲੁਧਿਆਣਾ ਦੇ ਵਿੱਚ ਲੱਗੇਗਾ ਪੱਕਾ ਮੋਰਚਾ। ਲੁਧਿਆਣਾ ਦੇ ਵਿੱਚ ਹੁਣ ਕਾਲੇ ਪਾਣੀ ਦੇ ਵਿਰੁੱਧ ਪੱਕਾ ਮੋਰਚਾ। ਸਰਕਾਰ ਨੂੰ ਸਿੱਧੇ ਹੋਏ ਪਾਣੀਆਂ ਦੇ ਰਾਖੇ, ਕਿਹਾ ਸਰਕਾਰ ਕੱਢ ਰਹੀ ਹੈ ਸਮਾਂ। ਜੀ ਹਾਂ, ਲੁਧਿਆਣਾ ਦੇ ਵਿੱਚ ਪਾਣੀਆਂ ਦੇ ਰਾਖਿਆਂ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ 1 ਅਕਤੂਬਰ ਨੂੰ ਪੱਕੇ ਤੌਰ 'ਤੇ ਪੱਕਾ ਧਰਨਾ ਲਗਾਇਆ ਜਾ ਰਿਹਾ, ਜਿਸ ਤੋਂ ਬਾਅਦ ਬੁੱਢੇ ਨਾਲੇ 'ਤੇ ਵੀ ਬੰਨ ਲਗਾ ਦਿੱਤਾ ਜਾਵੇਗਾ। ਉਹਨਾਂ ਸਿੱਧਾ ਸਰਕਾਰ ਨੂੰ ਕਹਿ ਕੇ, ਜੋ ਆਪਣੀ ਉਹ ਕੰਪਨੀ ਨੂੰ ਪਾਣੀ ਸਾਫ਼ ਕਰਨ ਦਾ ਠੇਕਾ ਦੇ ਰਹੀ ਹੈ, ਉਹ ਸਹੀ ਨਹੀਂ ਹੈ। ਕੈਨੇਡਾ ਦੀ ਕੰਪਨੀ ਹੈ ਜਿੱਥੇ ਪਾਣੀ ਬਿਲਕੁਲ ਸਾਫ਼ ਹੈ। ਉਹਨਾਂ ਕਿਹਾ ਕਿ ਸਰਕਾਰ ਆਪਣਾ ਸਮਾਂ ਕੱਢ ਰਹੀ ਹੈ, ਇਸ ਕਰਕੇ ਅਸੀਂ ਹੁਣ ਇਸ ਦੇ ਖਿਲਾਫ਼ ਪੱਕਾ ਧਰਨਾ ਲਗਾਉਣ ਜਾ ਰਹੇ ਹਾਂ। ਪੰਜਾਬ ਦਾ ਮੁੱਖ ਮੰਤਰੀ ਮਜ਼ਾਕ ਕਰ ਰਿਹਾ, ਮਖੌਲ ਕਰ ਰਿਹਾ, ਗਮਰਾਹ ਕਰ ਰਿਹਾ। ਐਡੇ ਵੱਡੇ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਗੰਭੀਰ ਨਹੀਂ ਹੈਗਾ। ਲੋਕ ਮਰ ਰਹੇ ਨੇ, ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਕੈਂਸਰ ਦੇ ਨਾਲ, ਕਾਲੇ ਪੀਲੀਏ ਦੇ ਨਾਲ, ਹੋਰ ਭਿਆਨਕ ਬਿਮਾਰੀਆਂ ਨਾਲ ਲੋਕਾਂ ਨੂੰ ਮੌਤ ਲਗਾਤਾਰ ਵੰਡੀ ਜਾ ਰਹੀ ਹੈ। ਕੱਲ੍ਹ ਹੀ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦਾ, ਕਹਿੰਦਾ ਜੀ ਮੈਂ ਵਿਰੋਧੀਆਂ ਦੀਆਂ ਜੜ੍ਹਾਂ 'ਚ ਬਹਿ ਜੂੰਗਾ। ਅਸਲ ਇਹ ਉਹ ਬੰਦਾ ਜਿਹੜਾ ਪੰਜਾਬ ਦੀਆਂ ਜੜ੍ਹਾਂ 'ਚ ਬੈਠ ਰਿਹਾ, ਇਕੱਲੀਆਂ ਗੱਲਾਂ ਤੋਂ ਇਲਾਵਾ, ਇਕੱਲੀਆਂ ਕਹਾਣੀਆਂ ਤੋਂ ਇਲਾਵਾ, ਚੁਟਕਲਿਆਂ ਤੋਂ ਇਲਾਵਾ, ਗੱਪਾਂ ਤੋਂ ਇਲਾਵਾ, ਵਿਰੋਧੀਆਂ ਦੇ ਉੱਤੇ ਤੰਜ ਕਸਣ ਤੋਂ ਇਲਾਵਾ ਕੀ ਕਰ ਰਿਹਾ? ਆਹ ਪਿੱਛੇ ਜੇ ਹੁਣ ਇਹਨੇ ਲਗਾਤਾਰ 2-3 ਮੀਟਿੰਗਾਂ ਸੱਦੀਆਂ, ਕੈਬਨਿਟ ਮੀਟਿੰਗ ਸੱਦੀ ਆ, ਫਿਰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਬੁਲਾਇਆ, ਫਿਰ ਜਿਸ ਤਰ੍ਹਾਂ ਕੋਈ ਨੈਬੂਲਾ ਕੋਈ ਕੰਪਨੀ ਆ ਕੈਨੇਡਾ ਦੀ, ਇਸ ਤਰ੍ਹਾਂ ਬਾਈ ਮਤੋਰ ਨੇ ਦੱਸਿਆ ਕਿ ਉਹਨੂੰ ਬੁਲਾ ਕੇ ਇੱਕ ਡਰਾਮਾ ਰਚ ਰਹੇ ਨੇ ਕਿ ਅਸੀਂ ਜੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ ਵੀ ਇਹ ਜਿਹੜਾ ਪਾਣੀ ਆ ਸਾਫ਼ ਏ ਕੌਣ ਕੰਪਨੀ ਕਰੂਗੀ। ਤੁਸੀਂ ਜ਼ਹਿਰ ਪਾਈ ਕਿਉਂ ਰਹੇ ਹਾਂ? ਸਵਾਲ ਇਹ ਪੈਦਾ ਹੁੰਦਾ, ਉਹ ਜ਼ਹਿਰ ਹੀ ਬੰਦ ਕਰ ਦਿਓ। ਉਹ ਜ਼ਹਿਰ, ਉਹ ਕੈਮੀਕਲ ਜਿਹੜੇ ਕਿਸੇ ਬੈਕਟੀਰੀਏ ਨਾਲ, ਜਿਵੇਂ ਪਹਿਲਾਂ ਵੀ ਇੱਥੇ 10-12 ਸਾਲ ਪਹਿਲਾਂ ਡਰਾਮਾ ਰਚੇਗਾ, 10-12 ਸਾਲ ਪਹਿਲਾਂ ਇੱਥੇ ਵੱਡੇ ਦਰਿਆ ਦੇ ਉੱਤੇ ਖੜ੍ਹ ਕੇ ਸਿੱਟ ਕੇ ਬੈਕਟੀਰੀ ਦੀਆਂ ਆਪਣੀਆਂ ਬੋਲੀਆਂ ਵਿੱਚ ਕਹਿੰਦੇ ਜੀ ਲੋ ਹੋ ਗਿਆ ਸਾਫ, 10 ਸਾਲ ਲੰਘੇ। ਹੁਣ ਉਹੀ ਇਹ ਟਾਈਮ ਲੰਘਾਉਣ ਨੂੰ ਮੁੱਖ ਮੰਤਰੀ ਫਿਰਦਾ, ਪਰ ਹੁਣ ਇਹ ਬਰਦਾਸ਼ਤ ਨਹੀਂ ਆ, ਹੁਣ ਇਹ ਡਰਾਮਾ ਨਹੀਂ ਚੱਲੂਗਾ। ਸੋ ਅਸੀਂ ਜਿਸ ਤਰ੍ਹਾਂ ਬਾਈ ਮਤੋਜ ਨੇ ਕਿਹਾ ਕਿ 1 ਤਰੀਕ ਤੋਂ ਪੱਕੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਜਿਹੜਾ ਇੱਥੇ ਫਿਰੋਜ਼ਪੁਰ ਰੋਡ ਦੇ ਉੱਤੇ ਬੇਰਕਾ ਪਲਾਂਟ ਦੇ ਕੋਲ ਅਸੀਂ ਪੱਕੇ ਤੌਰ 'ਤੇ ਆ ਕੇ ਇੱਥੇ ਰੁਕ ਰਹੇ ਹਾਂ, ਇੱਥੇ ਬੈਠ ਰਹੇ ਹਾਂ, ਅਤੇ ਇੱਥੋਂ ਇਹ ਜ਼ਹਿਰਾਂ ਬੰਦ ਕਰਕੇ ਉੱਠਾਂਗੇ। ਸੋ ਅਸੀਂ ਕਈ ਵਾਰੀ ਸਵਾਲ ਉੱਠਦਾ ਵੀ 15 ਸਤੰਬਰ ਤੋਂ ਤੁਸੀਂ ਟਾਈਮ ਦਿੱਤਾ ਸੀ 15 ਸਤੰਬਰ ਤੱਕ ਦਾ, ਪਰ ਉਹ ਤੁਸੀਂ ਗਾਹਾਂ ਕਿਉਂ ਲੈ ਗਏ? ਕਿਉਂਕਿ ਅਸੀਂ ਇਸ ਮਸਲੇ ਦਾ ਪੱਕੇ ਤੌਰ 'ਤੇ, ਸਥਾਈ ਤੌਰ 'ਤੇ ਹੱਲ ਚਾਹੁੰਦੇ ਹਾਂ। ਅਸੀਂ ਉਹ ਨਹੀਂ ਵੀ ਲਾਲਾ ਕਰਾਤੀ ਜੀ, ਰੌਲਾ ਪਾਤਾ ਜੀ, ਹਾਂ ਜੀ ਅਸੀਂ ਆਹ ਕਰਤਾ ਆਹ ਕਰਤਾ, ਉਹਦੇ ਨਾਲ ਕੱਖ ਨਹੀਂ ਹੋਣਾ। ਅਸੀਂ ਚਾਹੁੰਦੇ ਹਾਂ ਵੀ ਇਹ ਬਹੁਤ ਗੰਭੀਰ ਮੁੱਦਾ ਹੈ, ਇਹ ਸਾਰਿਆਂ ਮੁੱਦਿਆਂ ਨਾਲੋਂ ਅਹਿਮ ਮਸਲਾ ਪੰਜਾਬ ਦਾ ਅੱਜ ਬਣਿਆ ਹੋਇਆ, ਚਾਹੇ ਧਰਤੀ ਹੇਠਾਂ ਅਤੇ ਚਾਹੇ ਦਰਿਆਵਾਂ 'ਚ ਜ਼ਹਿਰ ਪਾਈ ਜਾ ਰਹੀ ਆ। ਇਹਦੇ ਉੱਤੇ ਅਸੀਂ ਪੱਕੇ ਤੌਰ ਦੇ ਉੱਤੇ ਹੁਣ ਐਂ ਕੋਕੇ ਜੜ ਕੇ ਉੱਠਾਂਗੇ, ਜੋ ਮਰਜ਼ੀ ਹੋ ਜੇ। ਇਹਨੇ ਚੱਕ ਕੇ ਜੇਲ੍ਹ ਸੁੱਟਣੇ ਆ, ਬੰਦ ਕਰਨੇ ਆ, ਪਰਚੇ ਦੇਣੇ ਆ, ਭਗਵੰਤ ਨੇ ਸਰਕਾਰ ਨੇ ਉਹ ਕਰ ਲਏ, ਅਤੇ ਨਹੀਂ ਫਿਰ ਹਰ ਹਾਲ ਦੇ ਵਿੱਚ ਅਸੀਂ ਇਹ ਜ਼ਹਿਰਾਂ ਬੰਦ ਕਰਕੇ ਸਾਹ ਲਵਾਂਗੇ। ਇੱਕ ਗੱਲ ਬਸ ਇਹ ਕਹਿ ਦੇ, ਫਿਰ ਉਹ ਦੁਬਾਰਾ ਆਪਾਂ ਸਵਾਲ ਜੋ। ਖੈਰ ਹੁਣ ਦੇਖਣਾ ਹੋਵੇਗਾ, ਕਿਉਂਕਿ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਪਾਣੀ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।